ਬਿਮਾਰ ਸਿਰਫ 65 ਕਿਲੋ ਗੁੱਡ ਕੰਟਰੋਲ ਹਾਂਜੀ ਸਾਰੇ ਮੁੱਲੇ ਚ ਰੋਲਾ ਪਿਆ ਕਿ ਤੁਸੀਂ ਮਸ਼ੀਨ ਨਵੀਂ ਲਈ ਜਿਹੜੀ ਬੋਲਦੀ ਹੈ ਬੋਲਦੀ ਹੈ ਤੇ ਖੜ ਹੁਣੇ ਬੋਲ ਕੇ ਤੇ ਖਾਂਦੀ ਹੈ ਕੱਲੀ ਕੱਲੀ ਚੜੋ ਦੋ ਜਾਣੇ ਨਾ ਚੜੋ ਕਿੱਡਾ ਮੋਟਾ ਹੋ ਗਿਆ ਮਸ਼ੀਨ ਕਿੱਡੀ ਕੱਲੇ ਕੱਲੇ ਚੜੋ ਤੂੰ ਵੀ ਮਜ਼ਾਕ ਉਡਾ ਲੈ ਸਾਰੇ ਮਜ਼ਾਕ ਉਡਾਉਂਦੇ ਨੇ ਉਹ ਮੋਟਾਪੇ ਕਰਕੇ ਮੈਂ ਤੇ ਸੱਚੀ ਤੰਗ ਆ ਗਿਆ ਮੇਰਾ ਬੀਪੀ ਵਧਣਾ ਸ਼ੁਰੂ ਹੋ ਗਿਆ ਸ਼ੂਗਰ ਵਧਣੀ ਸ਼ੁਰੂ ਹੋ ਗਈ ਹੈ ਸੱਚੀ ਭਰਾਵਾ ਜੇ ਲੋਕਾਂ ਦੇ ਮਜ਼ਾਕਾਂ ਤੋਂ ਬਚਣਾ ਹੀ ਨਾ ਸਟਾਰ ਹੋਸਪਿਟਲ ਜਾ ਉਹ ਮੋਟਾਪੇ ਦਾ ਇਲਾਜ ਕਰਦੇ ਨੇ ਉਹ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀ ਨਾਮਰਦ ਬਿਮਾਰੀ ਤੋਂ ਬਚਾਉਂਦੇ ਨੇ ਉਹ ਤਾਂ ਠੀਕ ਹੈ ਪਰ ਮੈਨੂੰ ਤੇ ਬਰੈਟਿਕ ਸਰਜਰੀ ਤੋਂ ਡਰ ਲੱਗਦਾ ਮੈਂ ਨਹੀਂ ਜਾਣਾ ਤੈਨੂੰ ਕੌਣ ਕਹਿੰਦਾ ਕਿ ਉਹਨਾਂ ਬਰੈਟਿਕ ਸਰਜਰੀ ਕਰਨੀ ਬਲੂਨ ਨਾਲ ਵੀ ਇਲਾਜ ਕਰਦੇ ਆ ਦਵਾਈਆਂ ਨਾਲ ਵੀ ਕਰਦੇ ਆ ਡਾਇਟ ਕੰਟਰੋਲ ਕਰਕੇ ਵੀ ਕਰਦੇ ਆ ਨਹੀਂ ਪਰ ਜੇ ਬਰੈਟਿਕ ਸਰਜਰੀ ਕਰਨੀ ਪਈ ਫਿਰ ਕੀ ਬਣੇਗਾ ਉੱਥੇ ਡਾਕਟਰ ਜਸਮੀਤ ਆਲੂਵਾਲੀਆ ਨੇ ਉਹ ਬਰੈਟਿਕ ਸਰਜਰੀ ਦੇ ਸੁਪਰ ਸਪੈਸ਼ਲਿਸਟ ਨੇ ਨਾਲੇ ਉਹਨਾਂ ਨੂੰ ਮੈਡੀਕਲ ਲਾਈਨ ਦੇ ਮਾਸਟਰ ਸਰਜਨ ਕਿਹਾ ਜਾਂਦਾ ਘਬਰਾਉਣ ਵਾਲੀ ਗੱਲ ਕੋਈ ਚੰਗਾ ਫਿਰ ਮੈਂ ਚੱਲਦਾ ਚੰਗਾ ਤੇ ਠੀਕ ਆ ਭਰਾ ਚਾਹ ਚੂ ਪੀਆ ਕੀ ਲੈ ਚੱਲਾਂ ਜਿੱਦਾਂ ਤੂੰ ਮੈਨੂੰ ਸ਼ਰਮਿੰਦਾ ਕੀਤਾ ਨਾ ਤੇ ਮੈਂ ਸਟਾਰ ਹਸਪਤਾਲ ਜਾਣ ਲਈ ਤਿਆਰ ਹੋ ਗਿਆ ਇੱਦਾਂ ਹੀ ਮੈਂ ਆਪਣੀ ਵੋਟਿੰਗ ਉੱਤੇ ਖੜੇ ਕਰਕੇ ਨਾ ਸ਼ਰਮਿੰਦਾ ਕਰਨਾ ਉਹ ਮੋਟੀ ਹੈ ਉਹ ਤਾਂ ਹੀ ਚੱਲੇਗੀ ਨਾ ਮੇਰੇ ਨਾਲ ਸਟਾਰ ਹਸਪਤਾਲ